ਇਹਦਾ ਨਾਂ ਨਹੀਂ ਸੀ ਹੁੰਦਾ। ਮੇਰੇ ਘਰ ਵਿੱਚ ਆਇਆ ਯਿਸੂ ਨਾਸਰੀ, ਕੋਈ ਵੀ ਨਾ ਕਮੀ ਰਹਿਣੀ ਹੈ। ਦੱਸੀ ਨਹੀਂ ਹੈ ਜਿਹੜੀ ਗੱਲ ਕਿਸੇ ਨੂੰ ਵੀ ਅੱਜ ਤੱਕ, ਅੱਜ ਉਹ ਯਿਸੂ ਨੂੰ ਕਹਿਣੀ ਹੈ। ਹਾਲੇਲੂਯਾ। ਹੋ ਸਕਦਾ ਤੁਹਾਡੇ ਵੀ ਦਿਲ ਦੇ ਵਿੱਚ ਐਸੀ ਗੱਲ ਹੋਵੇ ਜਿਹੜੀ ਅੱਜ ਤੱਕ ਤੁਸੀਂ ਯਿਸੂ ਮਸੀਹ ਦੇ ਨਾਲ ਬਿਆਨ ਨਾ ਕਰ ਸਕੇ ਹੋ। ਅੱਜ ਮੌਕਾ ਹੈ, ਤੁਸੀਂ ਉਸ ਗੱਲ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਬਿਆਨ ਕਰ ਸਕਦੇ ਹੋ। ਯਿਸੂ ਮਸੀਹ ਨੂੰ ਕਹਿ ਸਕਦੇ ਹੋ, ਆਪਣੇ ਦੁੱਖਾਂ ਨੂੰ ਲੈ ਕੇ ਰੱਖ ਸਕਦੇ ਹੋ। ਔਰ ਉਹ ਸ਼ਾਫੀ ਦਾਤਾ ਹੈ, ਉਹ ਮਾਫੀ ਦਾਤਾ ਹੈ, ਉਹ ਤੁਹਾਨੂੰ ਸ਼ਿਫਾ ਵੀ ਦੇਵੇਗਾ, ਉਹ ਤੁਹਾਨੂੰ ਮਾਫ ਵੀ ਕਰ ਦੇਵੇਗਾ। ਹਾਲੇ ਲਈ ਮੇਰੇ ਘਰ ਵਿੱਚ ਆਇਆ, ਮੇਰੇ ਘਰ ਵਿੱਚ ਆਇਆ ਯਿਸੂ ਨਾਸਰੀ, ਕੋਈ ਵੀ ਨਾ ਕਮੀ ਰਹਿਣੀ, ਕੋਈ ਵੀ ਨਾ ਕਮੀ ਰਹਿਣੀ। ਮੇਰੇ ਘਰ ਵਿੱਚ ਆਇਆ ਯਿਸੂ ਨਾਸਰੀ, ਕੋਈ ਵੀ ਨਾ ਕਮੀ ਰਹਿਣੀ, ਕੋਈ ਵੀ ਨਾ ਕਮੀ। ਯਹੋਵਾ ਦੀ ਸੌਂਹ ਹੈ ਨਾ, ਤੇ ਉਹ ਸਾਡੇ ਦੇ ਵਿੱਚੋਂ ਆਟਾ ਮੁੱਕੇਗਾ ਤੇ ਨਾ ਕੁੱਪੀ ਦੇ ਵਿੱਚੋਂ
यीशु मसीह के नाम की